ਜਿਹਦੇ ਤੇ ਬਲਾਤਕਾਰ ਦੇ ਇਲਜ਼ਾਮ ਸਾਬਤ ਹੋ ਜਾਣ, ਜਿਹਦੇ ਤੇ ਪੱਤਰਕਾਰ ਨੂੰ ਕਤਲ ਕਰਨ ਦੇ ਇਲਜ਼ਾਮ ਸਾਬਤ ਹੋ ਜਾਣ, ਉਹਦੇ ਪਿੱਛੇ ਲੱਗਣਾ? ਕਈ ਪਤਾ ਕਿਉਂ ਮੰਨੀ ਜਾਂਦੇ ਨੇ? ਉਹ ਇਸ ਕਰਕੇ ਵੀ ਸਾਡੇ ਜੀ ਪਿਓ ਦਾਦੇ ਮੰਨਦੇ ਸੀ, ਪਿਓ ਦਾਦਿਆਂ ਵੇਲੇ ਡੇਰੇ ਦਾ ਮੁਖੀ ਵੀ ਹੋਰ ਸੀ, ਡੇਰੇ ਦਾ ਰੂਪ ਰੇਖਾ ਵੀ ਹੋਰ ਸੀ। ਖਾਲਸਾ ਬਹਿਰ ਦੇ ਮੁੱਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਜੀ, ਭਾਈ ਅਮਰਤਪਾਲ ਸਿੰਘ ਜੀ ਨੇ ਆਪਣੇ ਸਮਾਗਮ ਦੌਰਾਨ ਕਈ ਪਖੰਡੀ ਸਾਧਾਂ ਨੂੰ ਘੇਰ ਲਿਆ ਤੇ ਭਾਈ ਅਮਰਤਪਾਲ ਸਿੰਘ ਜੀ ਨੇ ਕਿਹਾ, ਅੱਜ ਦੇ ਸਾਧਾਂ ਅਤੇ ਪੁਰਾਣੇ ਸਾਧਾਂ ਦਾ ਫਰਕ ਹੁੰਦਾ ਸੀ ਤੇ ਪਖੰਡੀ ਸਾਧਾਂ ਦੀ ਭਾਈ ਅਮਰਤਪਾਲ ਸਿੰਘ ਜੀ ਨੇ ਕੀਤੀ ਲਾਪਾ। ਜਿਹੜਾ ਉਪਦੇਸ਼ ਦੇਵੇ ਜੀਵਨ ਦੇ ਵਿੱਚ ਸਾਦਗੀ ਦਾ ਤੇ ਆਪਣੇ ਜੀਵਨ ਚ ਸਾਦਗੀ ਨਾ ਹੋਵੇ ਉਹਦੇ ਪਿੱਛੇ ਲੱਗਣਾ? ਦੋਸਤੋ, ਇੱਥੋਂ ਤੁਸੀਂ ਸਾਫ ਸਾਫ ਅੰਦਾਜ਼ਾ ਲਗਾ ਸਕਦੇ ਹੋ ਭਾਈ ਅਮਰਤਪਾਲ ਸਿੰਘ ਜੀ ਨੇ ਕਿਸ ਨੂੰ ਨਿਸ਼ਾਨਾ ਬਣਾਇਆ ਤੇ ਭਾਈ ਅਮਰਤਪਾਲ ਸਿੰਘ ਜੀ ਨੇ ਇਹ ਵੀ ਕਿਹਾ ਕਿ ਤੁਹਾਨੂੰ ਸੋਚ ਕੇ ਚੱਲਣ ਦੀ ਲੋੜ ਹੈ, ਕਿਸੇ ਪਿੱਛੇ ਲੱਗਣ ਦੀ ਲੋੜ ਨਹੀਂ। ਪਰ ਅੱਜ ਇਹਦਾ ਅਰਥ ਇਹ ਤਾਂ ਨਹੀਂ ਨਾ ਵੀ ਜੇ ਪਿਓ ਦਾਦੇ ਕੋਈ ਗਲਤ ਕੰਮ ਕਰਦੇ ਸੀ ਅਸੀਂ ਉਹ ਕਰਨੇ ਕਰਨਾ। ਕਈਆਂ ਦੇ ਪਿਓ ਦਾਦੇ ਸ਼ਰਾਬ ਕੱਢ ਕੇ ਵੇਚਦੇ ਸੀ, ਅੱਜ ਵੇਚੋਗੇ ਕੱਢ ਕੇ ਤੇ ਕਹੋਗੇ ਵੀ ਸਾਡੇ ਦੇ ਪਿਤਾ ਪੁਰਖੀ ਕਿੱਦਾਂ ਇਹ ਜੀ? ਨਹੀਂ ਨਾ, ਹਰ ਮਨੁੱਖ ਨੇ, ਹਰ ਪੀੜ੍ਹੀ ਨਸਲ ਨੇ ਇੱਕ ਸੋਝੀ ਗ੍ਰਹਿਣ ਕਰਨੀ ਹੈ। ਸੋਝੀ ਕਿਤੋਂ? ਬਾਣੀ ਤੋਂ। ਪੀੜ੍ਹੀ ਦਰ ਪੀੜ੍ਹੀ ਚੱਲਦੇ ਰੀਤੀ ਰਿਵਾਜ਼ਾਂ ਨੂੰ ਅੱਜ ਦੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੇ ਹਨ ਤੇ ਭਾਈ ਅਮਰਤਪਾਲ ਸਿੰਘ ਜੀ ਨੇ ਕਿਹਾ ਕਿ ਤੁਸੀਂ ਇਹ ਸੋਚਣਾ ਹੋਵੇਗਾ ਤੁਸੀਂ ਕਿਸ ਰਸਤੇ ਤੇ ਚੱਲਣਾ ਤੇ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ। ਵਰਲਡ ਨਿਊਜ਼ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।